ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਇਹ ਵੀਡੀਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਗਾਰਡਿੰਗ ਰਹਿਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਅੱਪਾ ਤੁਹਾਡੇ ਨਾਲ ਕੀ ਡਿਸਕਸ ਕਰਨਾ ਹੈ ਇਹ ਵੀਡੀਓ ਬਹੁਤ ਹੀ ਜ਼ਰੂਰੀ ਹੈ ਜਿਹੜੇ ਸਟੂਡੈਂਟ ਪ੍ਰੈਕਟੀਕਲ ਵਿਸ਼ਿਆਂ ਦੇ ਨਾਲ ਰਿਲੇਟ ਕਰਦੇ ਨੇ ਤਾਂ ਪ੍ਰੈਕਟੀਕਲ ਸ਼ਾਖਾਂ ਦੇ ਨਾਲ ਇਹ ਸਬੰਧਿਤ ਆ ਆਪਾਂ ਦੇਖਦੇ ਹਾਂ ਐਮ ਐਸਸੀ ਆਈਟੀ ਪਾਗ ਦੂਜਾ ਸਮੈਸਟਰ 4 ਦੇ ਪ੍ਰੈਕਟੀਕਲ ਪ੍ਰੀਖਿਆ ਮਿਤੀ 25 ਇਹ ਆ ਮਿਤੀ 25 4 2022 ਤੋਂ ਸ਼ੁਰੂ ਹੋਣ ਜਾ ਰਹੀਆਂ ਮਤਲਬ ਕਿ ਪ੍ਰੈਕਟੀਕਲ ਇਗਜ਼ਾਮ ਜਿਹੜੇ ਹੋਣੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹ ਸ਼ੁਰੂ ਹੋ ਚੁੱਕੇ ਨੇ ਕਦੋਂ ਤੋਂ ਆ 25 4 2022 ਤੋਂ ਤੇ ਸਮਾਂ ਦੇਖ ਸਕਦੇ ਤੁਸੀਂ ਸਮਾਂ ਦਿੱਤਾ ਹੋਇਆ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੇ ਇਹ ਕਿੰਨਿਆਂ ਦੇ ਲਈ ਆ ਤੁਸੀਂ ਦੇਖ ਲਓ ਕਿਹੜੇ ਸਟੂਡੈਂਟਾਂ ਦੇ ਲਈ ਆ ਪੁਰਾਣੇ ਵਿਦਿਆਰਥੀਆਂ ਲਈ ਮਈ 2015 ਵਾਲੇ ਕਿਉਂਕਿ ਮਈ 2015 ਦੇ ਵਿੱਚ ਸਟੂਡੈਂਟ ਪੜ੍ਹਦੇ ਸੀ ਉਨ੍ਹਾਂ ਦੇ ਲਈ ਆ ਦਿਖਿਓ ਜੀ ਐਮ ਐਸ ਸੀ ਦਾ ਕੋਡ ਦਿੱਤਾ ਹੋਇਆ ਇਹਦੇ ਵਿੱਚ ਲੈਬ ਵੀ ਦਿੱਤੀ ਹੋਈ ਆ ਤੇ ਕਦੋਂ ਆ 25 4 2022 ਨੂੰ ਹੈ ਸੈਕੰਡ ਜਿਹੜਾ ਰਹਿਣ ਵਾਲਾ ਹੈ ਉਹ ਦੇਖ ਸਕਦੇ ਹੋ ਉਹ ਵੀ 26 4 2022 ਨੂੰ ਰਹਿਣ ਵਾਲਾ ਹੈ ਹੁਣ ਕੁਝ ਨੋਟ ਦੇ ਵੱਲ ਚੱਲਦੇ ਹਾਂ ਹਦਾਇਤਾਂ ਦੇ ਵੱਲ ਇਹ ਹਦਾਇਤਾਂ ਰੀਡ ਕਰਦੇ ਹਾਂ ਇਹ ਇਹ ਪ੍ਰੈਕਟੀਕਲ ਪ੍ਰੀਖਿਆ ਮ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ ਮੁਖੀ ਪ੍ਰਿੰਸੀਪਲ ਸਾਹਿਬ ਵੱਲੋਂ ਆਪਣੇ ਪੱਧਰ ਦੇ ਅੰਦਰੂਨੀ ਬੋਰਡ ਕਠਨ ਕਰਕੇ ਆਨਲਾਈਨ ਵਿਧੀ ਰਾਹੀਂ ਕਰਵਾਈਆਂ ਜਾਣਗੀਆਂ ਕਿਸ ਵਿਧੀ ਨਾਲ ਕਰਾਰੀਆਂ ਆਨਲਾਈਨ ਤਾਂ ਆਉਣ ਵਾਲੇ ਜਿਹੜੇ ਵੀ ਰੈਗੂਲਰ ਸਟੂਡੈਂਟ ਨੇ ਇਸ ਸਾਲ ਦੇ ਦਰਬਾਈ ਦੇ ਵਿੱਚ ਮਈ ਐਗਜ਼ਾਮੀਨੇਸ਼ਨ ਹੋਣਗੇ ਸ਼ਾਇਦ ਉਹਨਾਂ ਦੇ ਵੀ ਜਿਹੜੇ ਆਨਲਾਈਨ ਹੋ ਸਕਦੇ ਆ ਰੈਗੂਲਰ ਰਿਪੇਅਰ ਸਪੈਸ਼ਲ ਚਾਂਸ 골ਡਨ ਚਾਂਸ ਵਿਦਿਆਰਥੀ ਪ੍ਰੈਕਟੀਕਲ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟੋ-ਘੱਟ ਇੱਕ ਹਫ਼ਤਾ ਪਹਿਲਾਂ ਪ੍ਰੈਕਟੀਕਲ ਪ੍ਰਿਕਿਆ ਇਸ ਸਮੇਂ ਸੰਬੰਧੀ ਆਪਣੇ ਕਾਲਜਾਂ ਦੇ ਮੁਖੀ ਪ੍ਰਿੰਸੀਪਲ ਪ੍ਰੈਕਟੀਕਲ ਵਿਸ਼ੇ ਦੇ ਅਧਿਆਪਕ ਨਾਲ ਸੰਪਰਕ ਜ਼ਰੂਰ ਕਰਨ ਇਨ੍ਹਾਂ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਅਵਾਰਡ ਲਿਸਟਾਂ ਮੁਖੀ ਪ੍ਰਿੰਸੀਪਲਸ ਹੈਬ ਆਨਲਾਈਨ ਪੋਰਟਲ ਤੇ ਅਪਲੋਡ ਕਰਨਗੇ ਅਤੇ ਇਸ ਦੀ ਹਾਰਡ ਕਾਪੀ ਯੂਨੀਵਰਸਿਟੀ ਵਿਖੇ ਜਮ੍ਹਾਂ ਕਰਾਉਣ ਦੀ ਉਪਰੋਗਤ ਪ੍ਰੈਕਟੀਕਲ ਪ੍ਰੀਖਿਆ ਸੰਬੰਧੀ ਵਧੇਰੇ ਜਾਣਕਾਰੀ ਲਈ ਪ੍ਰੈਕਟੀਕਲ ਸ਼ਖਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਕਿੰਨੀ ਡੇਟ ਨੂੰ ਆਇਆ 18 18 4 2022 ਨੂੰ ਇਹ ਨੋਟੀਫਿਕੇਸ਼ਨ ਆਈ ਹੈ ਤਾਂ ਬਿਲਕੁਲ ਯੂਨੀਵਰਸਿਟੀ ਤੋਂ ਕੋਈ ਵੀ ਫੇਕ ਨਿਊਜ਼ ਨਹੀਂ ਹੈ ਕਿ ਯੂਨੀਵਰਸਿਟੀ ਤੋਂ ਨਹੀਂ ਹੈ ਰੀਲਿਸ ਕੀਤੀ ਹੈ ਤਾਂ ਧਿਆਨ ਨਾਲ ਜਿੰਨੇ ਵੀ ਸਟੂਡੈਂਟ ਨੇ ਐਮ ਐਸ ਸੀ ਆਈ ਟੀ ਦੇ ਤਾਂ ਉਹ ਪ੍ਰੈਕਟੀਕਲ ਉਹਨਾਂ ਐਗਜ਼ਾਮ ਨੇ ਦੇਖ ਸਕਦੇ ਹੋ ਕਦੋਂ ਤੋਂ ਕਦੋਂ ਆ ਬਾਕੀ ਜਿਹੜੇ ਰੈਗੂਲਰ ਸਟੂਡੈਂਟ ਨੇ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹਨਾਂ ਦੇ ਵੀ ਜਲਦੀ ਹੋਣਗੇ ਤਾਂ ਆਈ ਥਿੰਕ ਉਹਨਾਂ ਦੇ ਆਨਲਾਈਨ ਵਿਧੀ ਦੇ ਰਾਹੀਂ ਇਹ ਐਗਜ਼ਾਮੀਨੇਸ਼ਨ ਪ੍ਰੈਕਟੀਕਲ ਕੰਡਕਟ ਕੀਤੇ ਜਾਣ ਕਿਉਂਕਿ ਇਹ ਕਰ ਰਹੇ ਹੈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਨਲਾਈਨ ਕੀਤੇ ਜਾਣ ਤੇ ਬਹੁਤ ਵੱਡੀ ਖੁਸ਼ਖਬਰੀ ਉਹਨਾਂ ਦੇ ਲਈ ਆਨਲਾਈਨ ਹੋ ਸਕਦੇ ਆ ਤੇ ਮੋਸਟ ਪ੍ਰੋਬੈਬਿਲਿਟੀ ਹੈ ਬਾਕੀ ਦੇਖਾਂਗੇ ਯੂਨੀਵਰਸਿਟੀ ਕੀ ਡਿਸੀਜਨ ਲੇਗੀ ਕੀ ਅਪਡੇਟ ਆਵੇਗੀ ਇਸ ਦੀ ਕੋਈ ਨੋਟੀਫਿਕੇਸ਼ਨ ਜਦੋਂ ਵੀ ਆਈ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਤੁਹਾਡਾ ਡਾਊਟ ਹੋਇਆ ਸਾਨੂੰ ਸਾਡਾ ਨਾਲ ਸ਼ੇਅਰ ਕਰ ਸਕਦੇ ਹੋ ਜੀਵੀ ਸਟੇਸ਼ਨ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ ਉਸ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਸਾਨੂੰ ਕਮੈਂਟ ਕਰੋ ਇਸ ਵੀਡੀਓ ਤੇ ਅਸੀਂ ਤੁਹਾਡੀ ਤੁਹਾਡਾ ਜਰੂਰ ਕਰਾਂਗੇ